ਵੀ ਦੇਖ ਰਹੇ ਦਰਸ਼ਕੋ ਆਪ ਦਾ ਸਵਾਗਤ ਹੈ। ਗੱਲ ਕਰੀਏ ਕਿ ਭਾਰਤ ਪਾਕਿਸਤਾਨ ਸਰਹੱਦ ਡੇਰਾ ਬਾਬਾ ਨਾਨਕ ਕੋਰੀਡੋਰ ਦੇ ਨੇੜੇ ਪਹੁੰਚੇ ਹਾਂ। ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਕੋਰੀਡੋਰ ਸਾਫ਼ ਨਜ਼ਰਾਂ 'ਚ ਦਿਖਾਈ ਦੇ ਰਿਹਾ। ਇੱਥੇ ਗੱਲ ਕਰੀਏ ਕਿ ਅੱਜ ਜਿੱਥੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਰੋਜ਼ਾਨਾ ਕਰਤਾਰਪੁਰ ਸਾਹਿਬ ਨੂੰ ਰਵਾਨਾ ਹੋ ਰਹੀਆਂ ਨੇ ਅਤੇ ਸ਼ਾਮ ਨੂੰ ਨਤਮਸਤਕ ਹੋ ਕੇ ਉੱਥੋਂ ਵਾਪਸ ਵੀ ਆਉਂਦੀਆਂ ਨੇ, ਅੱਜ ਉਚੇਚੇ ਤੌਰ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਜਾ ਰਹੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਕੁਝ ਇੱਥੇ ਜੁੜੇ ਸ਼ਰਧਾਲੂਆਂ ਨਾਲ ਗੱਲ ਕਰਦੇ ਹਾਂ ਕਿ ਇਸ ਯਾਤਰਾ ਸੰਬੰਧੀ ਕੀ ਗੱਲਬਾਤ ਕਰਦੇ ਆ। ਬਾਬਾ ਨਾਨਕ ਕੋਰੀਡੋਰ ਦੇ ਨਾਲ ਸਾਡੇ 'ਤੇ ਇੱਕ ਭਾਈ ਸਾਹਿਬ ਜੁੜੇ ਨੇ ਜੋ ਕਿ ਦਰਸ਼ਨ ਸਥਲ ਤੋਂ ਡੇਰਾ ਬਾਬਾ ਨਾਨਕ ਤੋਂ ਦਰਸ਼ਨ ਕਰਨ ਵਾਸਤੇ ਆਏ ਨੇ। ਕੀ ਕਹਿਣਾ ਚਾਹੁੰਦੇ ਹਾਂ ਜੀ ਤੁਸੀਂ ਦਰਸ਼ਨ ਕਰਨ ਆਏ ਹੋ? ਅਸੀਂ ਇਹੀ ਕਹਿਣਾ ਆ ਜੀ, ਜਿਵੇਂ ਡੇਰਾ ਬਾਬਾ ਨਾਨਕ ਕੋਰੀਡੋਰ ਖੁੱਲ੍ਹਾ ਡੇਰਾ ਬਾਬਾ ਨਾਨਕ ਦੇ ਨਾਮ 'ਤੇ, ਅਤੇ ਇਵੇਂ ਹੀ ਇੱਕ ਆਪਣਾ ਲਾਂਘਾ ਖੁੱਲ੍ਹਿਆ ਹੋਇਆ ਹੈ ਬਾਘਾ ਬਾਰਡਰ, ਉੱਥੇ ਤਾਂ ਸੰਗਤਾਂ ਜਾਂਦੀਆਂ ਜਿਵੇਂ ਦਰਸ਼ਨ ਕਰਨ ਵਾਲੀਆਂ ਤਾਂ ਜਿਹੜੀਆਂ ਜਾਣੀਆਂ ਜਿਹੜਾ ਜਾਣਾ ਜਾਣਾ, ਬਾਕੀ ਪਰੇਡ ਵੇਖਣ ਦਾ ਕਾਰਨ ਕਰਕੇ ਉੱਥੇ ਥੋੜ੍ਹਾ ਇਕੱਠ ਹੋ ਜਾਂਦਾ। ਇੱਥੇ ਕੀ ਆ ਕਿ ਇੱਥੇ ਇੱਕ ਤਾਂ 1500 ਰੁਪਈਆ, ਕਈ ਬੰਦੇ ਇੰਨੇ ਘਰੋਂ ਨਹੀਂ ਠੀਕ ਹੁੰਦੇ ਕਿ ਜਿਹੜੇ 1500 ਰੁਪਈਆ ਦੇ ਸਕਣ ਫੀਸ ਦੇਣ ਦੇ ਲਾਲਸਾ ਨਹੀਂ। ਦੂਜਾ ਇੱਥੇ ਜਿਹੜਾ ਪਾਸਪੋਰਟ ਦਾ ਕਰਕੇ ਇਹਨਾਂ ਨੇ ਕੀਤਾ ਕਿ ਪਾਸਪੋਰਟ ਲੈ ਕੇ ਹੀ ਪਾਕਿਸਤਾਨ, ਉਹਦੇ ਕਰਕੇ ਇੰਨੀਆਂ ਰੌਣਕਾਂ ਨਹੀਂ ਲੱਗਦੀਆਂ, ਇੰਨਾ ਇੱਥੇ ਇਕੱਠ ਨਹੀਂ ਹੋ ਸਕਣ ਡਿਆ। ਇਹਦੇ ਵਿੱਚ ਕੁਝ ਨਾ ਕੁਝ ਮਤਲਬ ਕਿ ਸਰਕਾਰਾਂ ਨੂੰ ਸੋਚਣਾ ਚਾਹੀਦਾ, ਜਿਵੇਂ ਸਾਡੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਆਏ ਨੇ, ਉਹਨਾਂ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਕਿ ਇੰਨਾ ਪੈਸਾ ਖਰਚਣ ਦੇ ਬਾਵਜੂਦ ਫਿਰ ਵੀ ਇੱਥੇ ਉਹ ਸੰਗਤਾਂ ਕਿਉਂ ਨਹੀਂ ਪਹੁੰਚ ਸਕਣ ਡੀਆਂ। ਆਪਾਂ ਹੋਰ ਕੰਮਾਂ ਵੱਲ 'ਤੇ ਬੜਾ ਧਿਆਨ ਦੇਣ ਡਿਆਂ। ਮੇਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਨੂੰ ਵੀ ਗੁਜ਼ਾਰਿਸ਼ ਆ ਕਿ ਇਸ ਚੀਜ਼ ਵੱਲ ਵੀ ਧਿਆਨ ਦਿਓ ਕਿ ਇੱਕ ਜਿਹੜਾ 1500 ਰੁਪਈਆ ਫੀਸ ਆ ਉਹਨੂੰ ਵੀ ਘਟਾਇਆ ਜਾਵੇ, ਦੂਸਰਾ ਇੱਕ ਪਾਸਪੋਰਟ ਦੀ ਜਿਹੜੀ ਇਹਨਾਂ ਨੇ ਪੱਕਾ ਰੱਖੀ ਸ਼ਰਤ ਰੱਖੀ ਉਹਨੂੰ ਵੀ ਹਟਾਇਆ ਜਾਵੇ, ਅਤੇ ਦੂਸਰਾ ਇੱਥੇ ਇਸ 'ਤੇ ਧਿਆਨ ਦੇ ਕੇ ਕੋਈ ਨਾ ਕੋਈ ਇੱਥੇ ਹੋਰ ਮਤਲਬ ਕਿ ਕੰਮ ਕੀਤਾ ਜਾਵੇ ਜਿਹੜੇ ਜਿਸ ਕਾਰਨ ਇੱਥੇ ਸੰਗਤਾਂ ਪਹੁੰਚ ਸਕਣ। ਭਾਈ ਖਾਲਸਾ ਜੀ, ਇੱਥੋਂ ਕੋਰੀਡੋਰ ਤੋਂ ਦਰਸ਼ਨ ਕਰਨ ਵਾਲੇ ਆਏ ਸ਼ਰਧਾਲੂਆਂ ਦੇ ਵਿੱਚ ਸਾਡੇ ਨਾਲ ਬੀਜੀ ਜੁੜੇ ਨੇ, ਕੀ ਕਹਿਣਾ ਚਾਹੁੰਦੇ ਹਾਂ ਜੀ? ਅਸੀਂ ਕਹਿੰਦੇ ਹਾਂ ਕਿ ਸੰਗਤਾਂ ਆਉਣ, ਸੰਗਤ ਇਕੱਠੀ ਹੋਵੇ, ਪਰ ਇਹ ਕਿ ਬਿਨਾਂ ਪਾਸਪੋਰਟ ਤੋਂ ਆਧਾਰ ਕਾਰਡ ਦੇ ਸਿਰ 'ਤੇ ਮਤਲਬ ਕਿ ਸੰਗਤਾਂ ਨੂੰ ਘੱਲਣ। ਕਿਸਨੇਹਾਂ ਦੇਣਾ ਚਾਹੁੰਦੇ ਹਾਂ ਸਰਕਾਰ ਨੂੰ? ਸਰਕਾਰ ਨੂੰ ਇਹੀ ਕਹਿੰਦੇ ਹਾਂ ਕਿ ਆਧਾਰ ਕਾਰਡ 'ਤੇ ਜਾਂ ਮਤਲਬ ਕਿ ਸਹੂਲਤਾਂ ਹੋਣ, ਕਈ ਜਿਹੜੇ ਗਰੀਬ ਲੋਕ ਨੇ ਨਹੀਂ ਉਹ ਜਾ ਸਕਦੇ, ਪੈਸੇ ਨਹੀਂ ਖਰਚ ਸਕਦੇ, ਅਤੇ ਮਹਾਰਾਜ ਦਾ ਦਰਸ਼ਨ ਕਰਨ ਨੂੰ ਇਹਨਾਂ ਨੂੰ ਇਹ ਖੋਲ੍ਹ ਦਿੱਤੀ ਜਾਵੇ। ਹਾਂਜੀ, ਸਮਾਗਮ ਦੇ ਵਿੱਚ ਬਹੁਤ ਮਾੜੀ ਗੱਲ ਹੈ ਜੀ, ਇੱਕ ਰਾਜ ਭਾਗ ਕਾਇਮ ਕਰਨ ਵਾਸਤੇ ਪਖੰਡ ਦਾ ਸਹਾਰਾ ਲੈਣਾ, ਮੇਰੇ ਖਿਆਲ ਇਹ ਸ਼ਰਮ। ਇਹ ਸਿੰਘ ਸਾਹਿਬ, ਪਾਸਪੋਰਟ ਦੀ ਜਿਹੜੀ ਹੈ ਨਾ ਬੜੀ ਜ਼ਿਆਦਾ ਪ੍ਰੋਬਲਮ ਹੈ। ਮਹਾਰਾਜ ਸੱਚੇ ਪਾਤਸ਼ਾਹ ਕਰੇ ਕਿਰਪਾ, ਵਾਹਿਗੁਰੂ ਭਲਾ ਕਰੂਗਾ ਜੀ। ਠੀਕ ਹੈ ਜੀ, ਤੁਸੀਂ ਦੇਖਿਆ ਕਿ ਡੇਰਾ ਬਾਬਾ ਨਾਨਕ ਕੋਰੀਡੋਰ ਸਰਹੱਦ ਉੱਪਰ ਜਿੱਥੇ ਉਚੇਚੇ ਤੌਰ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਗਏ ਨੇ, ਅਤੇ ਉਹਨਾਂ ਵੀ ਕਿਹਾ ਕਿ ਪਾਸਪੋਰਟ ਦੀ ਵਿਧੀ ਜਿਹੜੀ ਹੈ ਉਹਨੂੰ ਥੋੜ੍ਹਾ ਖਤਮ ਕਰਕੇ ਸੌਖੇ ਨਿਯਮ ਅਪਣਾਉਣੇ ਚਾਹੀਦੇ ਹਨ। ਦੂਜੇ ਪਾਸੇ ਉਹਨਾਂ ਇਹ ਵੀ ਗੱਲ ਕੀਤੀ ਹੈ ਕਿ ਇੱਥੇ ਕੋਈ ਵੀ ਰਾਜਨੀਤੀ ਦੀ ਖੇਡ ਨਹੀਂ ਚੱਲਣੀ ਚਾਹੀਦੀ, ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਧਰਤੀ ਹੈ ਜਿਸ ਵਾਸਤੇ ਸਾਰਾ ਕੁਝ ਛੱਡ ਕੇ ਇਸ ਲਾਂਘੇ ਨੂੰ ਅਤੇ ਇੱਥੋਂ ਦੀਆਂ ਸੰਗਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਦੂਜੇ ਪਾਸੇ ਸ਼ਰਧਾਲੂਆਂ ਨੇ ਕਿਹਾ ਕਿ ਪਾਸਪੋਰਟ ਦੀ ਵਿਧੀ ਜਿਹੜੀ ਹੈ ਕੁਝ ਫੀਸਾਂ ਦੀ ਵਿਧੀ ਹੈ ਜਿਸ ਕਰਕੇ ਕੁਝ ਲੋਕ ਜਿਹੜੇ ਆ ਇਸ ਗੱਲ ਦੇ ਉੱਤੋਂ ਅਸਮਰੱਥ ਨੇ ਕਿ ਦਰਸ਼ਨ ਕਰ ਸਕਣ। ਉਹਨਾਂ ਦਾ ਕਹਿਣਾ ਹੈ ਕਿ ਸੰਗਤਾਂ ਨੂੰ ਕੋਈ ਸੌਖਾ ਨਿਯਮ ਅਤੇ ਆਰਥਿਕ ਪੱਖੋਂ ਵੀ ਉਹਨਾਂ ਦੇ ਉੱਤੇ ਬੋਝ ਨਾ ਪਵੇ ਅਤੇ ਉਹ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਸਕਣ। ਪੱਤਰਕਾਰ ਅਵਤਾਰ ਸਿੰਘ ਰੰਧਾਵਾ, ਅਜੀਤ ਵੈਬ ਟੀਵੀ, ਡੇਰਾ ਬਾਬਾ ਨਾਨਕ। ਨਾ ਤੂੰ ਫੇਰ ਝੰਡਾ ਚੁੱਕ ਲਿਆ, ਤੂੰ ਪੰਜੇ ਵਾਲਾ ਝੰਡਾ ਚੁੱਕੀ ਰੱਖਿਆ ਤੇ ਹੁਣ ਕੇਸਰੀ ਚੁੱਕ ਲਿਆ। ਮੂਰਖ ਸਾਂ ਮੈਂ, ਕਮਲਾ ਹੋ ਗਿਆ ਸਾਂ, ਝੂਠੇ ਲਾਰਿਆਂ ਵਿੱਚ ਫਸ ਗਿਆ ਸੀ ਮੈਂ। ਕਹਿੰਦੇ ਸੀ ਸਾਰੇ ਕਰਜ਼ੇ ਮਾਫ਼ ਕਰ ਦਿਆਂਗੇ, ਸਹੂਲਤਾਂ ਮਿਲਣਗੀਆਂ। ਮਿਲ ਗਈਆਂ ਫਿਰ? ਸਵਾ, ਕਰਜ਼ਾ ਮਾਫ਼ ਕਰਨਾ ਤੇ ਦੂਰ, ਨਾਲ ਦਾ ਖੇਤ ਵੀ ਬੈਂਕ ਵਾਲੇ ਲੈ ਗਏ। ਆੜ੍ਹਤੀ ਦੇ ਤਰਲੇ ਕਰ ਕਰਕੇ ਮਸਾਂ ਇੱਕ ਛੋਟਾ ਖੇਤ ਬਚਿਆ। ਇਹਦੇ ਨਾਲੋਂ ਤਾਂ ਬਾਦਲ ਕਿਤੇ ਚੰਗੇ ਸੀ। ਹਾਂ, ਉਹ ਗਰੀਬਾਂ ਬਾਰੇ ਸੋਚਦਾ ਸੀ। 200 ਯੂਨਿਟ ਬਿਜਲੀ ਦੇ ਫ੍ਰੀ ਸੀ, ਆਟਾ ਦਾਲ ਪੈਨਸ਼ਨ ਸਭ ਟਾਈਮ ਸਿਰ ਮਿਲ ਜਾਂਦਾ ਸੀ। ਆਪਣੀ ਜੋਤੀ ਦੇ ਵਿਆਹ ਦਾ ਸ਼ਗਨ ਵੀ ਤੇ ਝਟਪਟ ਹੀ ਮਿਲ ਗਿਆ ਸੀ। ਸਿਹਤ ਬੀਮਾ ਸੀ, ਪਿੰਡਾਂ ਦੀ ਨੁਹਾਰ ਬਦਲਣ ਲਈ ਖੁੱਲੇ ਗ੍ਰਾਂਟਾਂ ਦੇ ਗੱਫੇ, ਬਥੇਰਾ ਕੁਝ ਹੋਇਆ। ਹੁਣ ਕਰੀਏ ਕੀ? ਕਰਨਾ ਕੀ ਹੈ, ਐਤਕੀ ਉਹਦੀ ਬਾਂਹ ਫੜਨੀ ਹੈ ਜਿਹੜਾ ਸਮਝੇ ਸਾਡੇ ਦਰਦਾਂ ਨੂੰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ।
ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।